ਯੂਰੀਆ ਰੇਹ ਨਾ ਮਿਲਣ ਕਰਕੇ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਕਿਸਾਨਾਂ ਵੱਲੋਂ ਕੀਤਾ ਗਿਆ ਜਾਮ। ਦੱਸ ਦਈਏ ਕਿ ਅੱਜ ਕੱਲ੍ਹ ਕਣਕ ਦੀ ਬਿਜਾਈ ਦਾ ਸੀਜ਼ਨ ਜ਼ੋਰਾਂ 'ਤੇ ਹੈ ਅਤੇ ਕਿਸਾਨਾਂ ਨੂੰ ਯੂਰੀਆ ਰੇਹ ਦੀ ਬਹੁਤ ਜ਼ਰੂਰਤ ਹੈ। ਇਸ ਨੂੰ ਲੈ ਕੇ ਕਿਸਾਨ ਕਈ ਤਰ੍ਹਾਂ ਤੋਂ ਲੰਬੀਆਂ ਲਾਈਨਾਂ ਲਾ ਕੇ ਐਨਐਫਐਲ ਫੈਕਟਰੀ ਦੇ ਬਾਹਰ ਖੜ੍ਹੇ ਸਨ ਅਤੇ ਅੱਜ ਉਹਨਾਂ ਵੱਲੋਂ ਸ਼ਨੀਵਾਰ ਐਤਵਾਰ ਦੀ ਛੁੱਟੀ ਹੋਣ ਦਾ ਬਹਾਨਾ ਬਣਾ ਕੇ ਅੱਜ ਉਹਨਾਂ ਨੂੰ ਫਿਰ ਵਾਪਸ ਮੋੜਤਾ, ਜਿਸ ਨੂੰ ਲੈ ਕੇ ਅੱਜ ਕਿਸਾਨਾਂ ਵੱਲੋਂ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕੀਤਾ। ਸਮੱਸਿਆ ਰੇਹ ਦੀ ਹੈ ਜੀ, ਖਾਦ ਦੀ ਜੋ ਕੋਈ ਮਿਲ ਨਹੀਂ ਰਹੀ। ਮਤਲਬ ਇੱਥੇ 17 ਤਰੀਕ ਦੀਆਂ ਪਰਚੀਆਂ ਆਪਣਾ ਕੱਟੀਆਂ ਹੋਈਆਂ, 13 ਤਰੀਕ ਦੀਆਂ, 14 ਦੀਆਂ, ਉਹਨਾਂ ਨੂੰ ਵੀ ਦੇ ਨਹੀਂ ਰਹੇ। ਅਤੇ ਹੁਣ ਅੱਜ ਉਹਨੇ ਨਵੀਆਂ ਪਰਚੀਆਂ ਹੋਰ ਕੱਟੀਆਂ, ਬਾਕੀ ਕੋਈ ਦੱਸਿਆ ਕੁਛ ਨਹੀਂ। ਅੱਜ ਕੱਟਣ ਤੋਂ ਵੀ ਜਵਾਬ ਦਿੱਤਾ 9 ਵਜੇ ਤੱਕ ਇਹਨਾਂ ਨੇ, ਉਹਨਾਂ ਦੇ ਬਹਾਈ ਗਏ ਲੰਬਰ ਲਾਏਗੇ ਲੈਣਾ ਲਾ ਲਓ। ਇਹਨਾਂ ਨੇ ਜਨਤਾ ਨੇ ਪਸ਼ੂ ਬਣਾ ਰੱਖਿਆ ਜੀ, ਮਨਾ ਹੁਣ ਕੀ ਪਤਾ ਛੁੱਟੀ ਹੁੰਦੀ ਹੈ ਬਾਹਰ ਦੇ ਐਤਵਾਰ, ਛੁੱਟੀ ਪਹਿਲਾਂ ਦੱਸਣ ਦਾ ਹੱਕ ਬਣਦਾ। ਹੁਣ ਤਾਂ ਬੜੇ ਸਾਧਨ ਮੋਬਾਈਲ 'ਚ ਦੱਸਣ, ਅਖਬਾਰ 'ਚ ਖਬਰ ਲਵਾਉਂਦੇ ਕੱਲ੍ਹ ਜੇ ਛੁੱਟੀ ਸੀ 2 ਦਿਨ ਦੀ। ਜਨਤਾ ਨੂੰ ਇਹ ਬੰਦੇ ਨਹੀਂ ਸਮਝ ਰਹੇ, ਸਾਡੇ ਕਹਿੰਦੇ ਸਾਨੂੰ ਵੀ ਰੇਹ ਮਿਲਣੀ ਚਾਹੀਦੀ, ਰੇਹ ਸਾਨੂੰ ਦੇ ਕੇ ਦੋਣ, ਅੱਜ ਦੇ ਕੇ ਦੋਣ। ਅੱਛਾ ਜੀ, ਕੁਛ ਨਹੀਂ ਕਰਿਆ ਗਿਆ, ਗੱਲਾਂ ਬਾਤਾਂ ਕਰਦੇ ਡੀ ਸੀ ਨੂੰ ਮਿਲ ਜਾਣ, ਅਸੀਂ ਤਾਂ ਬੈਠੇ ਜਾਮ ਲਾਇਆ ਹੋਇਆ ਹੈ। ਇਹ ਸੜਕ ਉਹਨੇ ਬਠਿੰਡਾ ਜੀ ਅੰਮ੍ਰਿਤਸਰ ਨੂੰ ਵੀ ਜਾਂਦੀ ਹੈ। ਹਰਜੀਤ ਸਿੰਘ ਜੀ, ਅਸੀਂ ਜਿਹੜਾ ਇੱਥੇ ਧਰਨਾ ਲਾਇਆ ਜੀ, ਲਗਾਤਾਰ 5 ਦਿਨ ਹੋ ਗਏ ਧਰਨੇ ਲੱਗਣ, 17 ਦਿਨ ਜਿਹੜੀਆਂ ਪਰਚੀਆਂ ਕੱਟੀਆਂ ਹੋਈਆਂ ਉਹਨਾਂ ਨੂੰ ਵੀ ਨਹੀਂ ਖਾਦ ਮਿਲ ਰਹੀ। ਐਨਐਫਐਲ ਦੇ ਅਧਿਕਾਰੀ ਕਹਿ ਰਹੇ ਹੈਗੇ ਦੇਵਾਂਗੇ ਦੇਵਾਂਗੇ, ਪਰ ਸਾਨੂੰ ਦੇ ਨਹੀਂ ਰਹੇ। ਸਾਨੂੰ ਪਹਿਲਾਂ ਦੱਸਿਆ ਅਖਬਾਰ 'ਚ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਸਾਨੂੰ ਦੱਸਿਆ ਜਾਂਦਾ ਭਾਈ ਸ਼ਨੀ ਐਤਵਾਰ ਛੁੱਟੀ ਹੈ, ਜਿਹੜੇ ਕਿਸਾਨ ਦੂਰੋਂ ਚੱਲ ਕੇ ਆਏ ਆ ਉਹ ਨਾ ਆਉਂਦੇ। ਅਤੇ ਸਾਨੂੰ ਬਹੁਤ ਸਮੱਸਿਆ, ਭਾਰੀ ਸਮੱਸਿਆ ਖਾਦ ਦੀ ਆਉਣ ਵਾਲੇ ਸਮੇਂ 'ਚ, ਇਹ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ। 26 ਤਰੀਕ ਦਾ ਜਿਹੜਾ ਧਰਨਾ, ਲੋਕਾਂ ਨੂੰ ਪਾੜ ਕੇ ਇੱਧਰ ਉੱਧਰ ਅਲਿਜਾ ਕੇ ਦਿੱਲੀ ਘੱਟ ਤੋਂ ਘੱਟ ਕਿਸਾਨ ਪਹੁੰਚਣ। ਅੱਜ ਅਸੀਂ ਧਰਨਾ ਲਾਇਆ ਬਠਿੰਡਾ ਅੰਮ੍ਰਿਤਸਰ ਰੋਡ, ਇਹ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਉਨਾ ਚਿਰ ਸਾਡਾ ਧਰਨਾ ਜਾਰੀ ਰਹੂਗਾ। ਮੈਂ ਮੋਗੇ ਜ਼ਿਲ੍ਹੇ ਤੋਂ ਆਇਆ ਜੀ। ਅਸੀਂ ਸੁਬਾਹ ਤਕਰੀਬਨ ਵੀ 4 ਵਜੇ ਪਿੰਡੋਂ ਤੁਰੇ ਸੀ ਅਤੇ 5:30 ਵਜੇ ਇੱਥੇ ਆ ਗਏ ਸੀ। ਅਤੇ ਅਸੀਂ ਉਦੋਂ ਦੇ ਪਹਿਲਾਂ ਲਾਈਨਾਂ 'ਚ ਖੜੇ ਰਹੇ, ਪਹਿਲਾਂ ਕਹਿੰਦੇ ਵੀ ਛੁੱਟੀਆਂ ਗੱਡੀਆਂ ਨੇ ਨੰਬਰ ਲੱਗੇ ਜਿਵੇਂ ਤੁਸੀਂ ਗੱਡੀਆਂ ਖੜੀਆਂ ਛੁੱਟੀਆਂ। ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਵੀ ਤੁਸੀਂ ਲਾਈਨ ਲਾ ਲਓ ਆਪਦੀ, ਵੀ ਆਪਦੇ ਨਾਂ ਲੈ ਕੇ ਦਿਓ ਸਾਨੂੰ, ਅਸੀਂ ਨਾਂ ਲੈ ਕੇ ਦੇ ਤੇ। ਮੁੜ ਕੇ ਤਕਰੀਬਨ ਸਾਨੂੰ 10 ਵਜੇ ਕਹਿੰਦੇ ਵੀ ਅੱਜ ਛੁੱਟੀ ਆ ਵਾਰ ਦੀ, ਵੀ ਅੱਜ ਵੀ ਕੋਈ ਭਰਤੀਆਂ ਨਹੀਂ ਕੱਟੀਆਂ ਗਈਆਂ, ਤੁਸੀਂ ਘਰਾਂ ਨੂੰ ਜਾ ਸਕਦੇ ਹਾਂ। ਅਤੇ ਵੀ ਜੇ ਇਹਨਾਂ ਨੇ ਇਹੀ ਕਰਨਾ ਜਾਂ ਜਿਵੇਂ ਕੱਲ੍ਹ ਸਾਡੇ ਬੰਦੇ ਆਏ ਸੀ ਇੱਥੇ ਨੋਟਸ ਬੋਰਡ 'ਤੇ ਲੈ ਕੇ ਲਾਉਂਦੇ ਵੀ ਭਾਈ ਸ਼ਨੀਵਾਰ ਦੀ ਛੁੱਟੀ ਹੈ ਵੀ ਤੁਸੀਂ ਨਾ ਆਓ, ਵੀ ਅਸੀਂ ਨਾ ਆਉਂਦਾ ਇੱਥੇ। ਇਸ ਕਰਕੇ ਸਾਨੂੰ ਇਹ ਖਾਦ ਦੀ ਬਹੁਤ ਜ਼ਿਆਦਾ ਸਮੱਸਿਆ ਜਿਹੜਾ ਹੱਲ ਕਰਨਾ ਚਾਹੀਦਾ ਸਾਨੂੰ, ਕਿਵੇਂ ਨਾ ਕਿਵੇਂ। ਅੱਜ ਅਸੀਂ ਅੰਮ੍ਰਿਤਸਰ ਬਠਿੰਡਾ ਹਾਈਵੇ ਜਾਮ ਕੀਤਾ ਜੀ। ਇਹ ਜਿੰਨਾ ਚਿਕਰ ਸਾਡਾ ਕੋਈ ਹੱਲ ਨਹੀਂ ਹੁੰਦਾ ਜੀ ਉਹਨਾਂ ਚਿਕਰ ਇਹ ਜਾਮ ਹੀ ਰਹੂਗਾ ਜੀ। ਜੇ ਖਾਦ ਨਹੀਂ ਮਿਲਦੀ ਕਿੰਨੀ ਕੁ ਸਮੱਸਿਆ ਆਉਂਦੀ ਹੈ? ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ, ਖਾਦ ਤੋਂ ਬਿਨਾਂ ਕੋਈ ਹੱਲ ਨਹੀਂ ਗਈ। ਬਠਿੰਡਾ ਸਰਕਾਰੀ ਮੀਡੀਆ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।